ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ 10ਵੀਂ ਜਮਾਤ ਐਸਐਸਟੀ ਪਾਗ ਹੈਗਾ ਅਰਥ ਸ਼ਾਸਤਰ ਪਾਠ ਨੰਬਰ 3 ਭਾਰਤ ਵਿੱਚ ਖੇਤੀਬਾੜੀ ਦਾ ਵਿਕਾਸ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਵਾਂਗੇ ਇਸ ਤੋਂ ਪਹਿਲਾਂ ਦੇ ਪਾਠਾਂ ਦੇ ਪ੍ਰਸ਼ਨ ਉੱਤਰ ਤੁਸੀਂ ਇੱਕ ਪਲੇਲਿਸਟ ਦੇ ਵਿੱਚ ਦੇਖ ਸਕਦੇ ਹੋ 10ਵੀਂ ਕਲਾਸ ਐਸਐਸਟੀ ਦੀ ਪਲੇਲਿਸਟ ਹੈ ਉਸ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਹੁਣ ਆਪਾਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਨਾ ਸ਼ੁਰੂ ਕਰਦੇ ਹਾਂ ਖੇਡ ਲਿਖੇ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿੱਚ ਲਿਖੋ ਪ੍ਰਸ਼ਨ ਨੰਬਰ 1ਾ ਭਾਰਤੀ ਅਰਥਵਿਵਸਥਾ ਵਿੱਚ ਖੇਤੀ ਦਾ ਮਹੱਤਵ ਬਿਆਨ ਕਰੋ। ਤੇ ਆਪਾਂ ਨੇ ਦੱਸਣਾ ਹੈ ਕਿ ਭਾਰਤ ਹੈ ਜਿਹੜੇ ਉਸ ਦੀ ਅਰਥਵਿਵਸਥਾ ਵਿੱਚ ਖੇਤੀ ਦਾ ਕਿੰਨਾ ਕੁ ਮਹੱਤਵ ਹੈ? ਉੱਤਰ ਭਾਰਤ ਦੀ ਰਾਸ਼ਟਰੀ ਆਮਦਨ ਦਾ 40% ਹਿੱਸਾ ਖੇਤੀ ਅਤੇ ਬਣਾ ਆਦ ਪ੍ਰਾਇਮਿਕ ਕਿਰਿਆਵਾਂ ਤੋਂ ਪ੍ਰਾਪਤ ਹੁੰਦਾ ਹੈ। ਕਿੰਨੇ ਪ੍ਰਤੀਸ਼ਤ? 40. ਨੰਬਰ 2. ਖੇਤੀ ਤੋਂ ਭਾਰਤ ਦੀ ਜਨਸੰਖਿਆ ਨੂੰ ਭੋਜਨ ਅਤੇ ਪਸ਼ੂਆਂ ਨੂੰ ਚਾਰਾ ਪ੍ਰਾਪਤ ਹੁੰਦਾ ਹੈ। ਨੰਬਰ 3. ਭਾਰਤੀ ਅਰਥਵਿਵਸਥਾ ਵਿੱਚ ਸਭ ਤੋਂ ਜ਼ਿਆਦਾ ਰੁਜ਼ਗਾਰ ਦੇ ਮੌਕੇ ਖੇਤੀ ਖੇਤਰ ਵਿੱਚ ਹੀ ਮਿਲਦੇ ਹਨ ਨੰਬਰ 4 ਉਦਯੋਗਾਂ ਨੂੰ ਕੱਚਾ ਮਾਲ ਜਿਵੇਂ ਕਪਾਹ, ਪਟਸਨ, ਗੰਨਾ, ਤੇਲ, ਰਬੜ, ਅਨਾਜ ਆਦ ਖੇਤੀ ਖੇਤਰ ਵਿੱਚੋਂ ਹੀ ਪ੍ਰਾਪਤ ਹੁੰਦਾ ਹੈ ਨੰਬਰ 4 ਜ਼ਿਆਦਾਤਰ ਪਿੰਡੂ ਪਰਿਵਾਰ ਆਪਣੇ ਸਹਾਇਕ ਰੁਜ਼ਗਾਰ ਲਈ ਖੇਤੀ ਉੱਪਰ ਹੀ ਨਿਰਭਰ ਕਰਦੇ ਹਨ ਨੰਬਰ 5 ਜ਼ਿਆਦਾਤਰ ਨੰਬਰ 5 ਹੋ ਗਿਆ ਠੀਕ ਹੈ ਨੰਬਰ 6 ਰਾਜ ਸਰਕਾਰਾਂ ਆਪਣੀ ਆਮਦਨ ਦਾ ਇੱਕ ਵੱਡਾ ਹਿੱਸਾ ਖੇਤੀ ਤੋਂ ਪ੍ਰਾਪਤ ਕਰਦੀਆਂ ਹਨ ਨੰਬਰ 7 ਅਨਾਜ ਦੇ ਵਪਾਰ ਤੋਂ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਅਤੇ ਸਰਕਾਰ ਨੂੰ ਟੈਕਸ ਦੇ ਰੂਪ ਵਿੱਚ ਕਾਫੀ ਆਮਦਨ ਪ੍ਰਾਪਤ ਹੁੰਦੀ ਹੈ। ਪ੍ਰਸ਼ਨ ਨੰਬਰ 2 ਕਰਦੇ ਹਾਂ ਹੁਣ ਆਪਾਂ ਭਾਰਤ ਭਾਰਤ ਦੀਆਂ ਖੇਤੀ ਭਾਰਤੀ ਖੇਤੀ ਦੀਆਂ ਮੁੱਖ ਸਮੱਸਿਆਵਾਂ ਦਾ ਵਰਣਨ ਕਰੋ। ਉੱਤਰ ਭਾਰਤੀ ਖੇਤੀ ਦੀਆਂ ਮੁੱਖ ਸਮੱਸਿਆਵਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਮਨੁੱਖੀ ਸਮੱਸਿਆਵਾਂ, ਸੰਸਥਾਗਤ ਸਮੱਸਿਆਵਾਂ ਅਤੇ ਤਕਨੀਕੀ ਸਮੱਸਿਆਵਾਂ। ਮਨੁੱਖੀ ਸਮੱਸਿਆਵਾਂ ਨੰਬਰ 1 ਸਾਡੇ ਦੇਸ਼ ਵਿੱਚ ਬਧੇਰੇ ਲੋਕ ਖੇਤੀ ਤੇ ਨਿਰਭਰ ਕਰਦੇ ਹਨ ਨੰਬਰ 2 ਭੂਮੀ ਉੱਤੇ ਸੰਖਿਆ ਜਨਸੰਖਿਆ ਦਾ ਬਧੇਰੇ ਦਬਾਅ ਹੋਣ ਕਾਰਨ ਛੁਪੀ ਹੋਈ ਬੇਰੁਜ਼ਗਾਰੀ ਵੱਧ ਰਹੀ ਹੈ ਨੰਬਰ 3 ਭਾਰਤੀ ਕਿਸਾਨ ਅਨਪੜ੍ਹ ਹੋਣ ਕਾਰਨ ਖੇਤੀ ਦੀਆਂ ਨਵੀਆਂ ਤਕਨੀਕਾਂ ਦਾ ਗਿਆਨ ਆਸਾਨੀ ਨਾਲ ਪ੍ਰਾਪਤ ਨਹੀਂ ਕਰ ਸਕਦੇ ਤੇ ਦੂਜੀਆਂ ਪਾਗ ਹੈਗੇ ਸਾਡੇ ਕੋਲ ਸਾਡੇ ਕੋਲ ਸੰਸਥਾਗਤ ਸੰਸਥਾਗਤ ਸਮੱਸਿਆਵਾਂ ਸਮੱਸਿਆਵਾਂ ਨੰਬਰ 1 ਖੇਤਾਂ ਦਾ ਆਕਾਰ ਛੋਟਾ ਹੋਣ ਕਰਕੇ ਉਹਨਾਂ ਤੇ ਵਿਗਿਆਨਿਕ ਢੰਗਾਂ ਨਾਲ ਖੇਤੀ ਕਰਨਾ ਮੁਸ਼ਕਲ ਹੋ ਜਾਂਦਾ ਹੈ ਇਸ ਨਾਲ ਪਸ਼ੂ ਔਜ਼ਾਰ ਅਤੇ ਸਿੰਚਾਈ ਦੇ ਸਾਧਨ ਬੇਕਾਰ ਹੋ ਜਾਂਦੇ ਹਨ ਨੰਬਰ 2 ਆਜ਼ਾਦੀ ਪਿਛੋਂ ਜ਼ਿੰਮੇਵਾਰੀ ਪ੍ਰਥਾ ਨੂੰ ਕਾਨੂੰਨੀ ਤੌਰ ਤੇ ਖਤਮ ਕਰ ਦਿੱਤਾ ਗਿਆ ਹੈ ਫਿਰ ਵੀ ਕਾਸ਼ਤਕਾਰ ਦੀ ਹਾਲਤ ਸੰਤੋਖਜਨਕ ਨਹੀਂ ਹੈ ਨੰਬਰ 3 ਅਗੇ ਤਕਨੀਕੀ ਸਮੱਸਿਆਵਾਂ ਨੰਬਰ 1 ਪਾਰਥ ਦੀ ਖੇਤੀ ਪਾਣੀ ਲਈ ਜ਼ਿਆਦਾਤਰ ਬਰਖਾ ਉੱਤੇ ਹੀ ਨਿਰਭਰ ਕਰਦੀ ਹੈ ਬਰਖਾ ਦੇ ਅਨਿਸ਼ਚਿਤ ਹੋਣ ਕਾਰਨ ਖੇਤੀ ਉਤਪਾਦਨ ਵੀ ਅਨਿਸ਼ਚਿਤ ਹੋ ਜਾਂਦਾ ਹੈ। ਨੰਬਰ 2 ਖੇਤੀ ਵਿੱਚ ਪੁਰਾਣੇ ਔਜ਼ਾਰਾਂ ਦਾ ਪ੍ਰਯੋਗ ਕਰਨ ਨਾਲ ਖੇਤੀ ਦੀ ਉਤਪਾਦਕਤਾ ਨਹੀਂ ਵਧਦੀ ਜਿਸ ਨਾਲ ਖੇਤੀ ਉਤਪਾਦਨ ਘਟ ਹੋ ਜਾਂਦਾ ਹੈ। ਨੰਬਰ 3 ਭਾਰਤ ਵਿੱਚ ਖੇਤੀ ਕਰਨ ਦੇ ਢੰਗ ਵੀ ਪੁਰਾਣੇ ਹਨ। ਨੰਬਰ 4 ਵਧੀਆ ਬੀਜ ਮਹਿੰਗੇ ਹੋਣ ਕਾਰਨ ਭਾਰਤ ਦੇ ਗਰੀਬ ਕਿਸਾਨ ਇਹਨਾਂ ਨੂੰ ਖਰੀਦ ਨਹੀਂ ਸਕਦੇ ਜਿਸ ਕਾਰਨ ਪ੍ਰਤੀ ਹੈਕਟੇਅਰ ਉਪਜ ਘਟ ਜਾਂਦੀ ਹੈ। ਨੰਬਰ 5 ਰਸਾਇਣਿਕ ਖਾਦ ਮਹਿੰਗੀ ਹੁੰਦੀ ਹੈ। ਜਿਸ ਨੂੰ ਵਿਦੇਸ਼ਾਂ ਤੋਂ ਮੰਗਵਾਉਣਾ ਪੈਂਦਾ ਹੈ ਇਸ ਲਈ ਇਸ ਦੀ ਘਾਟ ਰਹਿੰਦੀ ਹੈ। ਪ੍ਰਸ਼ਨ ਨੰਬਰ 3 ਪਾਰਤੀ ਖੇਤੀ ਦੇ ਵਿਕਾਸ ਵਿੱਚ ਸਰਕਾਰ ਦੇ ਯੋਗਦਾਨ ਦਾ ਵਰਣਨ ਕਰੋ। ਉੱਤਰ ਨੰਬਰ 1 ਜ਼ਿਮੀਦਾਰ ਪ੍ਰਥਾ ਦਾ ਪ੍ਰਥਾ ਦਾ ਖਾਤਮਾ ਕੀਤਾ ਗਿਆ ਹੈ। ਨੰਬਰ 2 ਕਾਸ਼ਤਕਾਰੀ ਪ੍ਰਥਾ ਵਿੱਚ ਸੁਧਾਰ ਕਰਨ ਲਈ ਵੱਖ-ਵੱਖ ਰਾਜਾਂ ਵਿੱਚ ਕਾਨੂੰਨ ਪਾਸ ਕੀਤੇ ਗਏ ਹਨ। ਨੰਬਰ 3 5 ਸਾਲਾ ਯੋਜਨਾਵਾਂ ਵਿੱਚ ਖੇਤੀ ਖੇਤਰ ਦਾ ਵਿਕਾਸ ਕਰਨ ਦਾ ਯਤਨ ਕੀਤਾ ਗਿਆ ਹੈ। ਨੰਬਰ 4 ਖੇਤੀ ਦੀ ਉਤਪਾਦਕਤਾ ਵਧਾਉਣ ਲਈ ਸਿੰਚਾਈ ਦਾ ਵਿਦੇਰੇ ਵਿਸਤਾਰ ਕੀਤਾ ਗਿਆ ਹੈ। ਨੰਬਰ 5 ਜਿਨ੍ਹਾਂ ਖੇਤਾਂ ਵਿੱਚ ਸਿੰਚਾਈ ਦੀ ਵਿਵਸਥਾ ਸੰਭਵ ਨਹੀਂ ਹੈ ਉੱਥੇ ਸੁੱਕੀ ਖੇਤੀ ਸੰਭਵ ਕੀਤੀ ਗਈ ਹੈ। ਨੰਬਰ 6 ਉਹਨਾਂ ਤੀਜ ਅਤੇ ਖਾਦਾਂ ਨੂੰ ਉਪਲਬਧ ਕਰਾਉਣ ਲਈ ਸਰਕਾਰੀ ਸਮਤੀਆਂ ਦੀ ਸਥਾਪਨਾ ਉੱਪਰ ਜ਼ੋਰ ਦਿੱਤਾ ਗਿਆ ਹੈ। ਨੰਬਰ 7 ਪਸ਼ੂਆਂ ਦੀ ਬਿਮਾਰੀ ਦਾ ਇਲਾਜ ਕਰਨ ਲਈ ਹਸਪਤਾਲ ਖੋਲੇ ਗਏ ਹਨ। ਅਗਲਾ ਪ੍ਰਸ਼ਨ ਹੈ ਕਿ ਸਾਡੇ ਕੋਲ ਹਰੀ ਕ੍ਰਾਂਤੀ ਦੀ ਸਫਲਤਾ ਲਈ ਮੁੱਖ ਤੱਤਾਂ ਬਾਰੇ ਲਿਖੋ। ਉੱਤਰ ਨੰਬਰ 1 ਹੈ ਕਿ ਪੰਜਾਬ ਵਿੱਚ ਲਗਭਗ 55 ਲੱਖ ਹੈਕਟੇਅਰ ਭੂਮੀ ਉੱਤੇ ਉਨਤ ਬੀਜਾਂ ਨਾਲ ਖੇਤੀ ਕੀਤੀ ਜਾਂਦੀ ਹੈ। ਨੰਬਰ 2 ਹਰੀ ਕ੍ਰਾਂਤੀ ਲਿਆਉਣ ਵਿੱਚ ਰਸਾਇਣਿਕ ਖਾਦਾਂ ਦੇ ਵਧੇਰੇ ਪ੍ਰਯੋਗ ਵਜੋਂ ਬੀ ਅਨਾਜ ਉਤਪਾਦਨ ਵਿੱਚ ਕਾਫੀ ਵਾਧਾ ਹੋਇਆ ਹੈ। ਨੰਬਰ 3 ਸਿੰਚਾਈ ਦੇ ਖੇਤਰ ਵਿੱਚ ਹੋਣ ਵਾਲੇ ਵਾਧੇ ਨਾਲ ਵੀ ਹਰੀ ਕ੍ਰਾਂਤੀ ਉੱਤੇ ਵਧੇਰੇ ਪ੍ਰਭਾਵ ਪਿਆ। ਨੰਬਰ 4 ਕਿਸਾਨਾਂ ਨੇ ਟਰੈਕਟਰਾਂ, ਟਿਊਬਵੈੱਲਾਂ, ਥਰੇਸ਼ਰਾਂ ਅਤੇ ਡੀਜ਼ਲ ਇੰਜਨਾਂ ਦਾ ਵੱਧ ਤੋਂ ਵੱਧ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ। ਨੰਬਰ 5 ਕਿਸਾਨਾਂ ਨੂੰ ਆਸਾਨੀ ਨਾਲ ਵਿਦੇਰੇ ਸਾਖ ਸਕੂਲ ਤੋਂ ਮਿਲਣ ਕਾਰਨ ਉਹ ਲੋੜ ਅਨੁਸਾਰ ਉਹਨਾਂ ਤੇ ਬੀਜਾਂ, ਖਾਦਾਂ ਅਤੇ ਮਸ਼ੀਨਰੀ ਨੂੰ ਖਰੀਦ ਕੇ ਪ੍ਰਯੋਗ ਕਰਨ ਲੱਗ ਪਏ ਹਨ। ਨੰਬਰ 6 ਨਵੀਆਂ ਤੋਂ ਨਵੀਆਂ ਖੋਜਾਂ ਕਰਨ, ਖੇਤੀ ਦੀਆਂ ਨਵੀਆਂ ਵਿਧੀਆਂ, ਫਸਲਾਂ ਵਿੱਚ ਫੇਰ ਬਦਲ, ਖਾਦ ਪਾਣੀ ਅਤੇ ਬੀਜਾਂ ਦੇ ਪ੍ਰਯੋਗ ਵਿੱਚ ਕਾਫੀ ਧਿਆਨ ਦਿੱਤਾ ਗਿਆ ਹੈ। ਨੰਬਰ 7 ਇਸ ਅਦੀਨ ਫਸਲਾਂ ਵਿੱਚ ਕੀੜੇ ਮਾਰ ਦਵਾਈਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਨੰਬਰ 8 ਖੇਤੀ ਉਤਪਾਦਨ ਦੀ ਵਿਕਰੀ ਵਿੱਚ ਕਾਫੀ ਸੁਧਾਰ ਹੋ ਗਿਆ ਹੈ। ਤਾਂ ਬੱਚਿਓ ਇਸ ਪਾਠ ਦੇ ਪ੍ਰਸ਼ਨ ਉੱਤਰ ਨੇ ਜੋ ਕੰਪਲੀਟ ਹੋ ਚੁੱਕੇ ਨੇ ਅਗਲੇ ਪਾਠ ਅਗਲੇ ਪਾਠ ਦੇ ਪ੍ਰਸ਼ਨ ਉੱਤਰ ਜਲਦ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।